ਮੈਂ ਪਾਲਕੀ ਵਿੱਚ ਨਹੀਂ ਆਉਣਾ। ਹਜ਼ੂਰ ਨੇ ਇੱਕੋ ਦਮ ਘੁੱਟ ਕੇ ਆਪਣੀ ਗਲਵਕੜੀ ਵਿੱਚ ਲੈ ਕੇ ਕਿਹਾ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਤੁਹਾਡੀ ਪਾਲਕੀ ਨੂੰ ਮੋਢਾ ਲਾਉਣ ਲੱਗੇ ਹਾਂ? ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜਿਸ ਦਿਨ ਦਾ ਗੁਰੂ ਨਾਨਕ ਨੇ ਇੱਕ ਵਾਰੀ ਸੀਨੇ ਨਾਲ ਲਾਇਆ ਨਾ, ਕਰਤਾਰਪੁਰ ਕਹਿ ਕੇ ਗਏ ਸਨ ਤੇਰੇ ਤੋਂ ਓਹਲੇ ਕਦੇ ਨਾ ਖੁਸ਼ ਹਾਂ, ਜਦੋਂ ਤੁਸੀਂ ਚੱਲੇ ਸੋ ਮੈਨੂੰ ਤੇ ਪਤਾ ਉਦੋਂ ਹੀ ਲੱਗ ਗਿਆ ਸੀ ਤੁਸੀਂ ਤੁਰੇ। ਤੁਸੀਂ ਆਪੀ ਤਾਂ ਬਚਨ ਦਿੱਤੇ ਸਨ ਪਹਿਲੇ ਜਾਮੇ ਕਿ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਖੁਸ਼ ਹਾਂ, ਤੇ ਮੈਨੂੰ ਤਾਂ ਆਪ ਬਚਨ ਦੇ ਕੇ ਪੁੱਛਦੇ ਪਏ ਹੋ ਕਿ ਤੈਨੂੰ ਕਿਵੇਂ ਪਤਾ ਚੱਲ ਗਿਆ? ਆਪਣੀਆਂ ਰਹਿਮਤਾਂ ਦੇ ਕੇ ਆਪ ਤੂੰ ਜਾਣ, ਮੈਂ ਤਾਂ ਨਦਾਨ ਜਾ ਸਿੱਖ ਹਾਂ। ਬਾਬਾ ਜੀ ਆਉਂਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਆਪਣੇ ਕੋਲ ਉੱਚਾ ਬਿਠਾਉਂਦੇ ਰਹੇ। ਸਮਾਂ ਆ ਗਿਆ, ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ ਗੁਰੂ ਹਰਗੋਬਿੰਦ ਸਾਹਿਬ। ਆਪਾਂ ਸੰਪੂਰਨਤਾ ਵੱਲ ਵਧਨੇ ਪਏ ਹਾਂ, ਆਪਣੀ ਸੁਰਤ ਨੂੰ ਟਿਕਾ ਕੇ ਨਾਲ ਲੈ ਤੁਰੋ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ, ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਨੇ। ਜਦੋਂ ਇਹ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰ ਲਿਆ ਗਿਆ, ਇਹ 108-109 ਸਾਲ ਦਾ ਬਿਰਧ ਬਾਬਾ ਫਿਰ ਉੱਠਿਆ। ਦੇਖੋ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਅੱਜ ਉਹ ਬਾਬਾ ਫਿਰ ਹੱਥ ਵਿੱਚ ਖੁੰਡਾ ਪਕੜ ਕੇ ਉੱਠਿਆ। ਸੰਗਤ ਜਿਹੜੀ ਬੇਬਲ ਹੋਈ ਕਦੀ ਇਹਨੂੰ ਖਡੂਰ ਲੈ ਕੇ ਗਈ, ਜਿਹੜੀ ਬੇਬਲ ਖੋ ਕੇ ਕਦੀ ਬਾਸਰ ਕੇ ਲੈ ਕੇ ਗਈ, ਜਿਹੜੀ ਬੇਬਲ ਖੋ ਕੇ ਕਦੀ ਗੋਇੰਦਵਾਂ ਲੈ ਕੇ ਗਈ, ਅੱਜ ਉਹ ਸੰਗਤ ਦਾ ਇਕੱਠ ਬੀੜ ਸਹਿ ਪਹੁੰਚਿਆ। ਕਹਿਣ ਲੱਗੇ, ਬਾਬਾ ਗੁਰੂ ਤੇਰੇ ਤੋਲੇ ਨਹੀਂ, ਸਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕਰਾ ਦੇ। ਬਾਬੇ ਬੁੱਢੇ ਨੇ ਚੌਕੀ ਆਰੰਭ ਕੀਤੀ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਰਾਤ ਨੂੰ ਮਿਸਾਲ ਜਗਾਈ, ਉਹਦਾ ਚਾਨਣ ਹੱਥ ਵਿੱਚ ਕੇਸਰੀ ਨਿਸ਼ਾਨ, ਸਾਰੇ ਸਿੱਖਾਂ ਨੂੰ ਕਿਹਾ ਕਿ ਮੇਰੇ ਨਾਲ ਸ਼ਬਦ ਪੜੋ, ਆਪਾਂ ਗੁਰੂ ਦੇ ਕੋਲ ਗਵਾਲੀਅਰ ਦੇ ਕਿਲੇ ਤੱਕ ਪੈਦਲ ਤੁਰ ਕੇ ਜਾਵਾਂਗੇ। ਬਿਰਧ ਬਾਬਾ ਸਿੱਖ ਸੰਗਤ ਦੀ ਅਗਵਾਈ ਪਿਆ ਕਰਦਾ, ਰਾਤ ਚਾਨਣ ਵਿੱਚ ਕਾਲੇ ਹਨੇਰੇ ਨੂੰ ਚਾਨਣ ਚੀਰਦਾ ਪਿਆ, ਸ਼ਬਦ ਪੜਦੀ ਕੋਈ ਸੰਗਤ ਪੜਾ ਦਰ ਪੜਾ ਗਵਾਲੀਅਰ ਦੇ ਕਿਲੇ ਜਾ ਪਹੁੰਚੀ ਹੈ। ਬਾਬੇ ਬੁੱਢੇ ਨੇ ਕਿਲੇ ਦੇ ਦਰਵਾਜ਼ੇ ਨੂੰ ਦੇਖਿਆ ਤੇ ਦਰੋਗੇ ਨੂੰ ਪੁੱਛਿਆ, ਮੇਰੇ ਸੱਚੀ ਸਰਕਾਰ ਇਸ ਦਰਵਾਜ਼ੇ ਰੀ ਅੰਦਰ ਗਏ? ਕਹਿਣ ਲੱਗੇ, ਖਾਂ ਬਾਬਾ ਜੀ। ਕਹਿੰਦੇ ਨੇ, ਉਸੇ ਵੇਲੇ ਆਪਣੇ ਗੋਡੇ ਟੇਕ ਦਿੱਤੇ, ਖੁੰਡਾ ਬਾਬੇ ਨੇ ਸੋਟਾ ਰੱਖ ਦਿੱਤਾ ਤੇ ਧਰਤੀ ਤੇ ਮੱਥਾ ਟੇਕ ਕੇ ਕਿਹਾ, ਜਿਨ੍ਹਾਂ ਰਾਹਾਂ ਤੋਂ ਮੇਰੇ ਚੋਜੀ ਪ੍ਰੀਤਮ ਮੀਰੀ ਪੀਰੀ ਦੇ ਮਾਲਕਾ ਤੂੰ ਗਿਆ ਹੈ, ਤੇਰੇ ਰਾਹਾਂ ਨੂੰ ਮੈਂ ਮੱਥੇ ਟੇਕਣਾ ਹਾਂ। ਬਾਬਾ ਜੀ ਨੇ ਪਰਿਕਰਮਾ ਕੀਤੀ ਕਿਲੇ ਦੀ, ਜਦੋਂ ਦਰਵਾਜ਼ੇ ਤੇ ਆਉਣਾ ਤੇ ਉਸ ਦਰਵਾਜ਼ੇ ਨੂੰ ਚੁੰਮਣਾ, ਉੱਥੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਬੈਠ ਜਾਣਾ। ਤਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਨਿਧਾਨ ਮੇਰਾ ਦੇ ਦਾਤੇ ਗਵਾਲੀਅਰ ਦੇ ਕਿਲੇ ਵਿੱਚ ਨੇ। ਬਾਬਾ ਬੁੱਢਾ ਸਾਹਿਬ ਜੀ ਅਜੇ ਵੀ ਪਰਿਕਰਮਾ ਕਰਦੇ ਨੇ ਉਸ ਗਵਾਲੀਅਰ ਦੇ ਕਿਲੇ ਦੀ। ਧਿਆਨ ਦਿਆ ਜੇ ਗੁਰਮੁਖੋ, ਗੁਰੂ ਹਰਗੋਬਿੰਦ ਸਾਹਿਬ ਰਿਹਾ ਹੋ ਕੇ ਆ ਗਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਾਪਸ ਪਏ ਆਉਂਦੇ ਨੇ। ਤੁਸੀਂ ਤਵੱਜੋ ਦਿਓ ਮੇਰੀ ਬੇਨਤੀ ਵੱਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਆਉਣਾ ਸੁਣਿਆ, ਉਹਨਾਂ ਨੇ ਘਿਓ ਦੇ ਦੀਵੇ ਮਚਾਏ। ਉਸ ਦਿਨ ਦੀਪਾਵਲੀ ਸੀ, ਦੀਵਾਲੀ ਦਾ ਦਿਨ ਸੀ, ਤੇ ਬਾਬਾ ਬੁੱਢਾ ਸਾਹਿਬ ਨੇ ਘਿਓ ਦੇ ਦੀਵੇ ਮਚਾ ਕੇ ਉਸ ਦਿਨ ਸਿੱਖਾਂ ਵਿੱਚ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੀ ਰਾਤ ਦੀਵੇ ਮਚਾਉਣ ਦੀ ਮਰਿਆਦਾ ਕਾਇਮ ਕਰ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰਾ ਦੇ ਦਾਤੇ। ਜਦੋਂ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਦੇਖੀ
ਤੇ ਉਸ ਦਿਨ ਆਪਣੀ ਰਸਨਾ ਤੋਂ ਇਹ ਬਚਨ ਕਹਿ ਸਨ ਕਿ ਬਾਬਾ ਜੀ ਤੁਹਾਡੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ। ਭਾਵਨਾ ਵਾਲੇ ਜਦੋਂ ਚੌਂਕੀ ਵਿੱਚ ਚੱਲਿਆ ਕਰਨਗੇ ਉਦੋਂ ਸਾਡੇ ਦੀਦਾਰ ਪਾਣਗੇ, ਅਸੀਂ ਤੁਹਾਡੀ ਚੌਂਕੀ ਵਿੱਚ ਆਪ ਸ਼ਾਮਿਲ ਹੋਵਾਂਗੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਸੰਪੂਰਨ ਹੁੰਦਾ ਹੈ। ਪਹਿਲਾਂ ਕਦੀ ਬਲ ਦੀ ਕੋਈ ਮਿਸਾਲ ਦਿੱਤੀ ਜਾਂਦੀ ਸੀ, ਅੱਜ ਸ੍ਰੀ ਸਾਹਿਬ ਤੇ ਨਿਸ਼ਾਨ ਦਿੱਤਾ ਜਾਂਦਾ ਹੈ। ਸ੍ਰੀ ਸਾਹਿਬ ਚੌਂਕੀ ਕੱਢਣ ਵਾਲੇ ਖੱਤ ਵਿੱਚ ਪਕੜਦੇ ਨੇ, ਨਿਸ਼ਾਨ ਪਕੜਦੇ ਨੇ, ਵੱਡੀ ਪਰਿਕਰਮਾ ਕਰਦੇ ਨੇ, ਸ਼ਬਦ ਗਾਉਂਦੇ ਜਾਂਦੇ ਨੇ, ਤੇ ਅਸਲ ਵਿੱਚ ਜਦੋਂ ਲੰਘਦੇ ਨੇ ਤੇ ਇੰਜ ਲੱਗਦਾ ਜਿਵੇਂ ਬਾਬਾ ਬੁੱਢਾ ਸਾਹਿਬ ਆਪ ਚੌਂਕੀ ਪਕੜਦੇ, ਪਰਿਕਰਮਾ ਕਰਕੇ ਅੰਦਰ ਪ੍ਰਵੇਸ਼ ਕਰਦੇ ਨੇ। ਜਦੋਂ ਹਰਿਮੰਦਰ ਸਾਹਿਬ ਦੇ ਸਾਹਮਣੇ ਆਉਂਦੇ ਨੇ ਤੇ ਅੰਦਰ ਕੀਰਤਨ ਬੰਦ ਹੋ ਜਾਂਦਾ ਹੈ। ਇਹਦਾ ਕਾਰਨ ਇਹ ਵੇ ਕਿ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਨੂੰ ਇੰਨਾ ਅਦਬ ਦਿੱਤਾ ਜਾਂਦਾ ਹੈ ਤੇ ਉਸੇ ਹਰਿਮੰਦਰ ਦੇ ਸਾਹਮਣੇ ਖਲੋ ਕੇ ਬਾਬੇ ਬੁੱਢੇ ਦੀ ਚੌਂਕੀ ਕੱਢਣ ਵਾਲੇ ਅਰਦਾਸ ਕਰਦੇ ਨੇ। ਸਦੀਆਂ ਹੋ ਗਈਆਂ ਉਹ ਚੌਂਕੀ ਅਟਲ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮੇਰ ਕਰਨ ਜਿੰਨੀ ਦੇਰ ਤੱਕ ਇਹ ਅਰਥ ਇਹ ਪਲੈਨਟ ਰਹੇਗਾ ਓਨੀ ਦੇਰ ਤੱਕ ਬਾਬੇ ਬੁੱਢੇ ਦੀ ਚੌਂਕੀ ਜੁਗੋ ਜੁਗ ਅਟਲ ਰਹੇਗੀ। ਬਾਬਾ ਬੁੱਢਾ ਸਾਹਿਬ ਦੀ ਚੌਂਕੀ ਅੱਜ ਵੀ ਸਿੱਖ ਸੰਗਤ ਭਾਵਨਾ ਨਾਲ ਉੱਥੇ ਜਾਂਦੀ ਹੈ। ਗੁਰੂ ਕੇ ਸਿੱਖੋ, ਸਮਾਂ ਆ ਗਿਆ ਤਕਰੀਬਨ 1631 ਦਾ। ਬਾਬੇ ਬੁੱਢੇ ਨੂੰ ਇਸ ਸੰਸਾਰ ਵਿੱਚ ਆਇਆ 125 ਸਾਲ ਦੇ ਕਰੀਬ ਹੋ ਚੁੱਕੇ। 1506 ਨੂੰ ਉਹ ਆਏ ਨੇ, 1604 ਨੂੰ ਗ੍ਰੰਥੀ ਸਾਹਿਬ 98 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਗਿਆ। 12 ਸਾਲ ਦੀ ਉਮਰ ਸੀ ਜਿੱਦਣ ਗੁਰੂ ਨਾਨਕ ਸਾਹਿਬ ਮਿਲੇ ਸਨ। ਅੱਜ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੈਂ ਚੱਲਿਆ ਵਾਂ ਰਮਦਾਸ, ਇੱਕ ਕਿਰਪਾ ਕਰਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਦੱਸੋ ਇੱਕ ਮਿਹਰ ਕਰਿਓ ਕਿ ਜਿਸ ਦਿਨ ਇਸ ਚੋਲੇ ਨੂੰ ਤਿਆਗਣਾ ਹੈ ਯਾਦ ਕਰਾਂਗੇ ਆਏ ਦੀਦਾਰ ਬਖਸ਼ਿਆ ਜੇ। ਗੁਰਸਿੱਖੋ, ਕੈਸੀ ਉੱਚੀ ਅਵਸਥਾ ਵਿੱਚ ਮਾਨਣ ਵਾਲਾ ਇਹ ਮਹਾਨ ਮਹਾਂਪੁਰਸ਼ ਰਮਦਾਸ ਦੀ ਧਰਤੀ ਤੇ ਚਲੇ ਗਏ। ਉੱਥੇ ਨਾਮ ਅਭਿਆਸ ਸਿੱਖ ਸੰਗਤ ਨੂੰ ਗੁਰਮਤ ਦ੍ਰਿੜ ਕਰਾਉਂਦੇ ਰਹੇ। ਅੱਜ ਰਮਦਾਸ ਤੋਂ ਇੱਕ ਸ਼ਾਹੂਕਾਰ ਨੂੰ ਤਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਭੇਜਿਆ ਹੈ ਕਿ ਜਾ ਕੇ ਕਹੋ ਕਿ ਤੁਹਾਡੇ ਬੁੱਢੇ ਨੇ, ਤੁਹਾਡੇ ਸਿੱਖ ਨੇ ਜਿਹਨੂੰ ਤੁਸੀਂ ਬੁੱਢਾ ਕਹਿ ਕੇ ਪਦਵੀ ਬਖਸ਼ੀ ਹੈ ਉਹਨੇ ਯਾਦ ਕੀਤਾ, ਕਿਰਪਾ ਕਰਕੇ ਆਏ ਦੀਦਾਰ ਬਖਸ਼ੋ, ਦਰਸ਼ਨ ਦਿਓ। ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਪਤਾ ਹੈ ਕਿ ਇਸ ਬਾਬੇ ਦੇ ਚੋਲੇ ਦੇ ਤਿਆਗਣ ਦਾ ਸਮਾਂ ਆ ਚੁੱਕਾ ਹੈ। ਗੁਰੂ ਹਰਗੋਬਿੰਦ ਸਾਹਿਬ ਗਏ, ਭਾਈ ਜੇਠਾ ਜੀ ਗਏ, ਭਾਈ ਗੁਰਦਾਸ ਜੀ ਗਏ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਗਏ। ਤਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਰਮਦਾਸ ਪਹੁੰਚੇ ਨੇ ਤੇ ਗੁਰ ਬਿਲਾਸ ਵਾਲਾ ਕਹਿੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਉਸ ਵੇਲੇ ਆਸਨ ਤੇ ਚੌਂਕੜਾ ਮਾਰ ਕੇ ਬੈਠੇ ਸਨ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਚਰਨ ਪਕੜ ਲਏ ਸਨ। ਮੇਰੀ ਬੇਨਤੀ ਸਮਝਿਓ ਗੁਰਸਿੱਖੋ, ਮੈਂ ਫਿਰ ਅਰਜ਼ ਕਰਾਂ, ਜਿਹਨੂੰ ਸਿੱਖ ਦਾ ਅਦਬ ਕਰਨ ਦੀ ਜਾਚ ਨਹੀਂ ਆਈ ਉਹਨੇ ਗੁਰੂ ਦਾ ਅਦਬ ਕੀ ਕਰਨਾ ਹੈ। ਜਿਹਨੂੰ ਸਿੱਖ ਦਾ ਮਾਣ ਕਰਨ ਦਾ ਪਤਾ ਨਹੀਂ, ਜਿਹਨੂੰ ਸਿੱਖ ਦੇ ਅਦਬ ਵਿੱਚ ਚਾਰ ਸ਼ਬਦ ਕਹਿਣ ਦਾ ਪਤਾ ਨਹੀਂ ਉਹਨੂੰ ਕੀ ਪਤਾ ਕਿ ਗੁਰੂ ਨੂੰ ਕਿਵੇਂ ਰਿਝਾਣਾ। ਕਿਉਂਕਿ ਭਾਵੇਂ ਗੁਰੂ ਦਾ ਕੀਰਤਨ ਹੁੰਦਾ ਹੋਵੇ, ਜਦੋਂ ਅਰਦਾਸ ਕਰਦੇ ਆ ਕੋਈ ਕਹਿ ਨਾ ਕਿ ਬੁੱਧੂ ਦੇ ਆਵੇ ਪੱਕ ਜਾਣ ਤੇ ਭਾਵਨਾ ਵਾਲੇ ਨੂੰ ਧੱਕੇ ਪਏ ਹੋਣ ਤੇ ਉਹ ਕਹਿੰਦਾ ਨਹੀਂ,
ਗੁਰੂ ਨੂੰ ਖੁਸ਼ ਕਰ ਦਿਓ ਤੇ ਸਿੱਖ ਨੂੰ ਧੱਕੇ ਮਾਰ ਦਿਓ, ਤੁਹਾਡੇ ਆਵੇ ਕੱਚੀ ਰਹਿਣਗੇ। ਇੰਨੀ ਕੋ ਗੱਲ ਸਮਝ ਲਈਏ। ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਕੜੇ ਨੇ, ਬਾਬਾ ਬੁੱਢਾ ਸਾਹਿਬ ਦੇ ਖੰਤ ਜੁੜ ਗਏ। ਹੇ ਸੱਚੇ ਪਾਤਸ਼ਾਹ ਆਪ ਰਹਿਮਤ ਕਰੋ, ਕਿਰਪਾਲਤਾ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੈਠ ਗਏ ਨੇ। ਇੱਥੇ ਫਿਰ ਇੱਕ ਬਚਨ ਕਿਹਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ, ਕਹਿਣ ਲੱਗੇ ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਆਪ ਦੇਖਿਆ, ਕੱਲਾ ਦੇਖਿਆ ਨਾ, ਤੁਸੀਂ ਉਹਨਾਂ ਦੇ ਸੀਨੇ ਨਾਲ ਲੱਗ ਕੇ ਪਿਆਰ ਮਾਣਿਆ, ਤੁਸੀਂ ਗੁਰੂ ਅੰਗਦ ਸਾਹਿਬ ਦੇ ਦੀਦਾਰ ਕੀਤੇ, ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਗੁਰੂ ਦੇ ਚਰਨ ਪਰਸੇ, ਤੁਸੀਂ ਗੁਰੂ ਰਾਮਦਾਸ ਜੀ ਦੇ ਅਨੰਦ ਸੇਵਕ ਰਹੇ, ਤੁਸੀਂ ਪਿਤਾ ਗੁਰੂ ਦੇ ਚਰਨਾਂ ਵਿੱਚ ਰਹੇ, ਹੁਣ ਕਿਰਪਾ ਕਰਕੇ ਸਾਨੂੰ ਦੱਸੋ ਹਾਂ ਸਿੱਖੀ ਕਿਵੇਂ ਕਮਾਈ ਜਾਂਦੀ। ਦੇਖੋ ਗੁਰੂ ਪੁੱਛਦੇ ਨੇ ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਬਾਬਾ ਜੀ ਨੇ ਖੰਤ ਜੋੜ ਕੇ ਕਿਹਾ ਸਾਈ ਜੀ ਤੁਸੀਂ ਸੂਰਜ ਹੋ, ਮੈਂ ਤਾਂ ਇੱਕ ਤੁਹਾਡੇ ਵਿੱਚੋਂ ਨਿਕਲੀ ਹੋਈ ਨਿੱਕੀ ਜੀ ਕਿਰਨ ਹਾਂ। ਕਿਰਨ ਕੀ ਕਹੇਗੀ ਸੂਰਜ ਨੂੰ? ਤੁਸੀਂ ਸਮੁੰਦਰ ਹੋ, ਮੈਂ ਨਿੱਕਾ ਜਿਹਾ ਇੱਕ ਕਤਰਾ ਹਾਂ। ਤੁਸੀਂ ਅਡੋਲ ਪਹਾੜ ਹੋ, ਮੈਂ ਨਿੱਕਾ ਜਿਹਾ ਇੱਕ ਰੇਤ ਦਾ ਜ਼ਰਾ ਹਾਂ, ਮੇਰੇ ਕੋਲ ਕੋਈ ਸਮਰੱਥਾ ਨਹੀਂ। ਕਹਿੰਦੇ ਨੇ ਇੰਨੀ ਗੱਲ ਕਹਿੰਦਿਆਂ ਸਾਰ ਬਾਬਾ ਬੁੱਢਾ ਸਾਹਿਬ ਨੇ ਚਰਨ ਪਕੜ ਕੇ ਕਿਹਾ ਸੱਚੇ ਪਾਤਸ਼ਾਹ 12 ਸਾਲ ਦੀ ਉਮਰ ਵਿੱਚ ਮਿਲਿਆ ਸਾਂ, ਉਦਨ ਵੀ ਚਰਨ ਤੇਰੇ ਪਕੜੇ ਸਨ, ਅੱਜ 125 ਸਾਲ ਹੋ ਗਏ ਨੇ, ਬਸ ਉਹੀ ਚਰਨ ਜਿਹੜੇ ਕੱਥੂ ਨੰਗਲ ਪਕੜੇ ਸਨ ਅੱਜ ਉਹ ਫਿਰ ਚਰਨ ਮੈਨੂੰ ਆ ਮਿਲੇ, ਕਿਰਪਾ ਕਰੋ ਮੇਰੇ ਤੇ। ਪੁੱਛਿਆ ਜੀ ਦੱਸੋ। ਚਰਨ ਪਕੜ ਕੇ ਕਹਿਣ ਲੱਗੇ ਇੱਕ ਵਾਰੀ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ, ਇੱਕ ਵਾਰੀ ਕਹਿ ਦੇ ਤੈਨੂੰ ਬਖਸ਼ ਦਿੱਤਾ। ਉੱਥੇ ਜਿੰਨੇ ਸਿੱਖ ਕੋਲ ਬੈਠੇ ਸਨ ਸਾਰਿਆਂ ਦੀਆਂ ਅੱਖਾਂ ਸੇਜਲ ਸਨ, ਵਾਹ ਸਿੱਖ